ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਡੇਵਿਡ ਸ਼ੁਕਰਾਵਾਲਾ ਲੈ ਗਿਆ ਅੱਜ ਨਵਾਂ ਬਲੌਗ ਫੇਰ। ਆਪਣੇ ਨਾਲ ਆਇਆ ਜੀਵਨ ਕੁਮਾਰ ਜੀ। ਹਾਂਜੀ, ਠੀਕ ਠਾਕ ਜੀ ਮਹਾਰਾਜ। ਅਤੇ ਆਪਾਂ ਆਏ ਹਾਂ ਕੋਲਜ ਹੈ, ਇਹਦੇ ਅੰਦਰ ਸਾਰਾ ਕੁਛ ਆ, ਜਿੱਦਾਂ ਮਤਲਬ ਕਿ ਮਾਪੋਲ ਜਿੰਨੀਆਂ ਵੀ ਯਾਨੀ ਕਿ ਬੈਂਕ ਆ, ਏ ਐਨ ਜੈਡ, ਕੋਮਲ ਬੈਂਕ, ਸਾਰੀਆਂ ਬੈਂਕਾਂ ਦੇ ਏ ਟੀ ਐਮ ਹੈਗੇ, ਤਿੰਨਾਂ ਚੌਂ ਬੈਂਕਾਂ ਦੇ। ਠੀਕ ਹੈ। ਅਤੇ ਡੈਂਟਲ ਡੂੰਟਲ ਵੀ ਹੈਗੇ ਆ ਅੰਦਰ, ਆਪਣੇ ਇੰਡੀਅਨ ਸ਼ੋਪਾਂ ਵੀ ਹੈਗੀਆਂ। ਛੋਟਾ ਇਹ ਆ, ਵੱਡਾ ਨਹੀਂ ਹੈਗਾ ਵਾਲਾ, ਹੈਗਾ ਸਾਰਾ ਕੁਛ। ਠੀਕ ਹੈ, ਘੁੰਮਣ ਫਿਰਨ ਠੀਕ ਹੈ। ਹਾਂ, ਘੁੰਮਣ ਫਿਰਨ ਨੂੰ ਬਹੁਤ ਵਧੀਆ। ਤੁਹਾਨੂੰ ਹਾਲ ਦੇ ਅੰਦਰ ਗੋਲਡਨ ਵੀ ਹੈਗਾ, ਇੱਥੇ ਸੁਨਿਆਰੇ ਵੀ ਹੈਗੇ ਆਹਦੇ ਇੱਧਰ ਇੱਧਰ ਸ਼ੋਪ ਹੈਗੀ ਸੁਨਿਆਰੇ ਦੀ। ਕਟਿੰਗ ਚੇਅਰ ਲਈ ਇੱਧਰ, ਅਤੇ ਇਹ ਕੇ ਮਾਰਟ ਜੀ ਨਿਊਜ਼ੀਲੈਂਡ ਦਾ ਮਸ਼ਹੂਰ ਹੈ, ਜਿਹੜਾ ਕੇ ਮਾਰਟ ਆ ਫਲਾਵਰ। ਤੁਹਾਨੂੰ ਹੁਣ ਦਿਖਾਉਂਦੇ ਇੱਥੇ ਅੰਦਰ ਜਾ ਕੇ। ਕ੍ਰਿਸਮਸ ਆ ਰਹੀ ਹੈ ਲਾਗੇ, ਬਸ ਸ਼ੁਰੂ ਹੋਇਆ ਕੰਮ ਇਹਨਾਂ ਦਾ ਸੇਲਿੰਗ ਦਾ ਕਿ ਨਹੀਂ, ਮਗਰ ਕ੍ਰਿਸਮਸ ਚੱਲ ਆ ਰਹੀ ਜਿੱਦਾਂ ਡੈਕੋਰੇਟ ਕੀਤਾ ਸਾਰਾ ਕੁਛ ਹੈ, ਬੱਚਿਆਂ ਨੇ ਬਣਾਇਆ ਖੇਡਣ ਨੂੰ ਆਵਲਾ। ਲਓ ਬਈ ਪਹੁੰਚ ਗਏ, ਫੋਨ ਆ ਗਿਆ ਮੁੰਡੇ ਨੂੰ। ਸ਼ੋਪਿੰਗ ਸੈਂਟਰ ਬਲੈਕ ਫਰਾਈਡੇ ਲੰਘ ਗਿਆ ਪਿਛਲੇ ਵੀਕ, $40 GB $40 ਦਾ। ਜੀ ਇਹ ਵੀ ਕਹਿੰਦਾ ਗਰੋਸਰੀ ਸਟੋਰ ਇੱਥੇ ਜਿਹੜਾ ਹੈਗਾ ਜਿਹੜਾ ਆਪਣੇ ਜਿੱਦਾਂ ਹੁੰਦੇ ਜੀ ਇੱਥੇ ਜਿੱਦਾਂ ਖੋਲਦੇ ਆ, ਆਹ ਫਰੂਟ ਨੇ ਵੈਜੀ ਸ਼ੋਪਾਂ ਆ, ਪਰ ਰੇਟ ਦੇਖਿਆ ਇੱਥੇ ਬਈ ਆ ਖੀਰੇ ਆ ਤੋਰੀਆਂ ਆ। ਟਮਾਟਰ $6 ਨੂੰ, ਕੋਲੀਫਲਾਵਰ $10 ਨੂੰ, $3.49 ਐਪਲ। ਹਾਂ, ਆ $12 ਨੂੰ ਗ੍ਰੇਪਸ ਇਹਦੇ ਆ, $13 ਨੂੰ ਚੈਰੀ ਫੁੱਲ, $7 ਨੂੰ ਅੰਬ, ਬਹੁਤ ਵਜੇ ਇੱਥੇ ਮਸ਼ਹੂਰ ਹੈ, ਇੱਥੇ $9 ਨੂੰ ਕੇ ਜੀ। ਬਰਾਨਾ $4 ਕੇ ਜੀ। ਲਓ ਵੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਕੋਲ ਦੇ ਆ, ਜਿਹੜਾ ਇੱਥੇ ਸਭ ਤੋਂ ਮਸ਼ਹੂਰ ਆ ਗਰੋਸਰੀ ਸਟੋਰ, ਉੱਥੇ ਜਾ ਕੇ ਦੇਖਦੇ ਹਾਂ ਬਈ ਨਿਊਜ਼ੀਲੈਂਡ ਦੇ ਹਿਸਾਬ ਦੇ ਹਿਸਾਬ ਨਾਲ ਵੀ ਇੱਥੇ ਕਿੰਨੇ ਰੇਟ ਮਹਿੰਗੇ ਅਤੇ ਕਿੰਨੇ ਸਸਤੇ ਆ, ਹੈ ਨਾ। ਅਤੇ ਆਪੇ ਤੁਸੀਂ ਹੁਣ ਕੰਪੈਰੀਜ਼ਨ ਕਰੀ ਜਾਇਓ ਨਿਊਜ਼ੀਲੈਂਡ ਵਾਲਿਓ ਵੀ ਇਹ ਕੀ ਰੇਟ ਆ, ਮਹਿੰਗੇ ਆ ਸਸਤੇ ਆ, ਹੈ ਆਹੋ ਚਲਾ ਜਾ ਚੱਲ ਆ ਜਾ। ਠੀਕ ਹੈ ਠੀਕ ਹੈ, ਲਓ ਆਪਾਂ ਇੱਥੇ ਸਟਾਰਟ ਕਰ ਦਿੰਦੇ ਹਾਂ। ਗ੍ਰੀਨ ਲੈਚੇ $270 $190 $2 ਗੋਭੀ, $3 ਗੋਭੀ ਦਾ ਫੁੱਲ, $4 ਬਰੋਕਲੀ। ਆ ਜਾ ਤੂੰ $1 ਇੱਧਰ ਆ ਗਏ ਹੈਗੇ ਆ ਜੀ ਅੰਬ $2.90 ਨੈਕਟਰੀਨ ਹੈਗੇ ਆ ਜੀ, ਇਹ ਬੜੇ ਸਸਤੇ ਵੇਖੇ $3.90 ਠੀਕ ਆ, ਬਹੁਤ ਮਹਿੰਗੇ ਆ। ਆ ਵੀ ਹੈ ਨੈਕਟਰੀਨ $8 ਨੂੰ, ਆਹ ਬੜਾ ਮਹਿੰਗਾ $14-15 ਦਾ ਹੈ।
ਤੇ ਫਰੂਟ ਦਿਖਾਉਂਦੇ ਤੁਹਾਨੂੰ। ਦੇਖੀ ਜਾਵੇ ਐਪਲ 7 ਕੇਜੀ ਕਿਹੜੀ ਆ ਐਮਵੀ ਐਪਲ ਜੀ ਉਹਨਾਂ ਵੀ ਖੜ੍ਹੇ ਆ। ਪਾਈਨਐਪਲ ਸਾਡੇ ਵੀ ਲੱਗਦੇ ਹੀ ਆ, $5 ਦਾ ਹੀ ਆ। ਮੈਲਨ ਕੈਪਸੀਕਮ ਪਿਆਜ ਆਲੂ ਟਮਾਟਰ ਛੋਟੇ ਆ ਟਮਾਟੇ ਆ ਗਿਆ ਟਮਾਟਾ ਕਾਲਾ ਜਿਹਾ ਹੋਵੇ ਆਹ ਕਿਹੜੀ ਬੈਟਰੀ ਵੀ $9 ਖੀਰੇ 170 ਆਹ ਸਾਡੇ ਖੀਰੇ ਬਹੁਤ ਮਹਿੰਗੇ ਆ 160 ਦਾ ਇਹ ਸਾਡੇ ਚਾਰ $5 ਲੱਗ ਜਾਂਦਾ ਵੇਲੇ ਦੁੱਧ ਦਾ ਰੇਟ ਦਿਖਾ ਦੇ ਕੀ ਇੱਥੇ ਫੁੱਲ ਕਰੀਮ ਵਾਲੇ ਜਿਹੜੇ ਆ ਉਹਦਾ 170 ਲਿਖਿਆ ਆ ਆਹ 170 ਪਰ ਲੀਟਰ ਆ ਆਹ ਥੜਿਆਂ ਦੇ ਰੇਟ ਲਿਖੇ ਨੇ ਜਿਹੜੀਆਂ ਨੀ ਆਹ ਜਿਹੜੇ ਥੜੇ ਬੋਤਲਾਂ ਆ ਹੈਂ ਨਹੀਂ ਆਹ ਜਿਹੜੀ ਆਹ ਬੋਤਲ ਆ ਇਹਦਾ ਰੇਟ ਆਇਆ 170 ਆ ਇਹਦਾ ਕਿੰਨਾ ਜਿਹੜੀ ਇਹਦਾ ਹੈਗਾ 1.8 ਹੈਂ ਨਹੀਂ ਜਾਂ ਵੈਜੀ ਜਿੱਦਾਂ ਫਰੂਟ ਫਰਾਟ ਹੋਏ ਆ ਡੇਰੀ ਪਰਾਟ ਇੱਧਰ ਆ ਗਏ ਇੱਧਰ ਹੈ ਨਾ ਆਹ ਪਾਣੀ ਦੇ ਬੋਤਲ ਆ ਗਈ ਇੱਧਰ ਪੰਪ ਤੋਂ ਲਈ ਹਾਂ ਤਾਂ ਮਹਿੰਗੀ ਪੈਣੀ ਹੈ ਨਾ ਅੱਛਾ ਆਹ ਕੀ ਹੈ ਤੇਲ ਸੁਣਾ ਦਾ ਨਾ ਜੂਸ ਹੈ ਮੈਂਗੋ ਨਾ ਲਾਦਾ ਤੇਲ ਹੈ ਦੂਰੋਂ ਹੈਂ ਹਾਂ ਇੱਧਰ ਵੀ ਲੱਗੀਆਂ ਜੂਸ ਦੀਆਂ ਬੋਤਲਾਂ ਸਾਰੀਆਂ ਹੈ ਨਾ ਇੱਧਰ ਸੌਸ ਆ ਗਿਆ ਇੱਧਰ ਇਹਦੇ ਵਾਟੀ ਤਾਂ ਹੈਗਾ ਸੌਸ ਨਿਊਜ਼ੀਲੈਂਡ 'ਚ ਬਣਦਾ ਉਹ ਅਤੇ ਕੋਲ ਤਾਂ ਹੀ ਹੈ ਨਾ ਇਹ ਅੱਛਾ ਆਹ ਦੇ ਹਿੰਜ ਵਾਟੀ ਜਿਹੜਾ ਆਹ ਵਾਲਾ ਨਾ ਇਹ ਨਿਊਜ਼ੀਲੈਂਡ ਤੋਂ ਬਣ ਕੇ ਆਉਂਦਾ ਇਹ ਜਿੱਥੇ ਵੀ ਅਤੇ ਹੈਗੀ ਕੰਪਨੀ 'ਤੇ ਕੰਮ ਕਰਦੇ ਹਾਂ ਹੁਣ ਨਹੀਂ ਕਰਦਾ ਪਹਿਲਾਂ ਕਰਦੇ ਕੰਮ ਉੱਥੇ ਸਰੋਂ ਤੇਰਾ ਆਖ ਦੂਜਾ ਕਨੋਲਾ 18 ਰੁਪਿਆ ਹੋਰ ਕੀ ਅੱਗੇ ਜਾ ਕੇ ਆਈਸਕ੍ਰੀਮ ਆ ਗਈ ਇੱਧਰ ਆਹ ਪਲਾਸਟਿਕ ਬੋਕਸ ਆ ਗਿਆ ਇੱਧਰ ਹੈ ਨਾ ਬੱਚਿਆਂ ਦਾ ਡਿਪਾਰਟਮੈਂਟ ਆ ਗਿਆ ਇੱਧਰ
ਸਾਰੇ ਲਾਉਂਡੀ ਦਾ ਸਮਾਨ ਸਾਰੇ ਇੱਧਰ ਆ ਗਿਆ। ਆ ਪੇਪਰ ਪੁਪਰ ਰੋਲ ਪੇਪਰ ਆ ਗਏ ਇੱਧਰ। ਆ ਇੱਧਰ ਜਿਹੜਾ ਫਰੋਜ਼ਨ ਆ ਕੈਪਸੂਲਸ ਹੋਏ ਆਪਣੇ ਉਦੋਂ ਪੀਜ਼ਾ ਆ ਗਿਆ ਇੱਧਰ ਮੱਕੇ ਵਾਲਿਆਂ ਦੇ। ਦੇਖਣਾ ਹੋਰ ਔਰ ਇੰਡੀਅਨ ਗਰੋਸਰੀ ਦੇਖੀ ਅੱਜ ਆਪਣੇ ਜਾ ਸਕਦੇ ਔਰ ਇੰਡੀਅਨ ਗਰੋਸਰੀ ਵੀ ਤੇ ਹੈਗੀ ਆ ਤੁਹਾਨੂੰ ਦਿਖਾ ਦਿੰਦੇ ਉੱਥੇ ਇੰਡੀਅਨ ਗਰੋਸਰੀ ਦੇ ਜੇ ਪਰਫਿਊਮ ਦੇਤੀ ਤੁਹਾਨੂੰ ਦਿਖਾਲਣ ਦੀ ਦਿਖਾ ਦੇ ਉੱਥੇ ਦੇ ਕੀ ਰੇਟ ਆ ਆਹ ਵੀ ਇੰਡੀਅਨ ਹੈ ਨਾ ਬਾਹਰ ਲੱਗੇ ਆ ਪਾਰਲੇ ਜੀ ਆ ਗਏ ਆ ਆਹ ਰੇਟ ਲੱਗੇ ਬੈਸਪੋਟਾਂ ਦੇ ਤੇ ਇੱਥੇ ਹਾਂ ਇਹ ਸੁਪਰ ਮਾਰਕੀਟ ਵਿੱਚ ਆਣਾ ਹੈ ਇਹ ਇਦਾਂ ਐਵੇਂ ਮਾਰਕੀਟ ਦੇ ਅੰਦਰ ਹੈ ਪਲਾਜ਼ੇ ਦੇ ਅੰਦਰ ਆ ਅੱਛਾ ਤਾਂ ਮੇਰਾ ਦੇਸ਼ ਵਾਲੀ ਵੀ ਮਸ਼ਹੂਰ ਹੈ ਇੱਥੇ ਅੱਛਾ ਓਕੇ ਠੀਕ ਹੈ ਠੀਕ ਚਲੋ ਦੇਖਦੇ ਹਾਂ ਆਪਾਂ ਅੰਦਰ ਜਾ ਕੇ ਹੁਣ ਵੀ ਕਿੰਨਾ ਕੁ ਦੁਆਇਆ ਆ ਜਾ ਆ ਗਰੇ ਵਾਲਾ ਆਟਾ ਲੱਗਾ ਸਾਡੇ ਤਾਂ ਬੜਾ ਮਹਿੰਗਾ ਆ ਉੱਥੇ ਇਹ ਕਿੰਨੇ ਦਾ ਪੈਕਟ ਹੈ ਇਹ ਹਾਂਜੀ ਨੇ ਤੁਹਾਨੂੰ ਦਿਖਾਲਦੇ ਹਾਂ ਇੱਥੇ ਇੰਡੀਅਨ ਗਰੋਸਰੀ ਦੇ ਆਪਾਂ ਆਏ ਹਾਂ ਅਤੇ ਇੱਥੇ ਦਾ ਕੀ ਹਿਸਾਬ ਕਿਤਾਬ ਆ ਕਿੰਨਾ ਕੁ ਮਹਿੰਗਾ ਕਿੰਨਾ ਕੁ ਸਸਤਾ ਆ ਅਤੇ ਹੁਣ ਤੁਸੀਂ ਆਪੇ ਦੇਖੀ ਜਾਓ ਠੀਕ ਹੈ ਅਤੇ $13 ਨੂੰ ਆ 5 ਕਿਲੋ ਦੀ ਪੈਕਿੰਗ ਹੈ ਇਹਦੀ ਅਤੇ ਕਹਿੰਦੇ 10 ਕਿਲੋ ਦੀ ਪੈਕਿੰਗ ਤੱਕ ਆਉਂਦਾ ਇਹ ਅਤੇ ਵੱਧ ਨਹੀਂ ਆਉਂਦਾ ਹੈਗਾ ਇਹ ਹੈ ਨਾ ਅਤੇ ਇੱਧਰ ਆ ਗਏ ਹੈਗੇ ਆ ਇਹ ਪਤਾ ਨਹੀਂ ਕੀ ਦਿਖਿਆ ਹੈ ਨਹੀਂ ਦਲੀ ਦੁਲੀ ਲੱਗਦਾ ਮੈਨੂੰ ਤਾਂ ਇਹ ਆ ਬੇਸਣ ਆ ਗਿਆ ਜੀ ਇਹ ਚਾਹ ਪੱਤੀਆਂ ਆ ਗਈਆਂ ਇੱਧਰ ਬਾਗ ਬੱਕਰੀ ਆ ਗਈ ਅਤੇ ਦਾਲਾਂ ਦੇ ਰੇਟ ਰੂਟ ਤੇ ਜਾਣ ਦੇ ਲੱਗੇ ਦੇਖ ਲਓ ਇੱਧਰ ਆਹ ਦਾਲ ਬਣੀ ਜਿਹੜੀ ਆ ਇਹ ਪ੍ਰਾਈਮ ਗੋਲਡ ਵੀ ਬਣ ਕੇ ਜੀ ਚਿੱਟੇ ਛੋਲੇ ਬਣ ਕੇ ਜੀ ਦੀ ਪੈਕਿੰਗ ਕੀਤੀ ਸਾਰੀ ਇਹਨੀ ਜ਼ਿਆਦਾ ਲੱਗਦੀ ਪੈਕਿੰਗ ਜੀ ਇਹਨਾਂ ਦੀ ਵਿੱਚ ਆਹ 1 ਕੇਜੀ ਦੀ ਆ ਆਹ ਥੱਲੇ ਈਚ ਲਿਖਿਆ ਹੈ ਨਹੀਂ ਮਤਲਬ 2 ਕੇਜੀ ਦੀ ਪੈਕਟ ਹੈ ਆਹ ਕਾਲੇ ਛੋਲੇ ਆ 2 ਕੇਜੀ ਆ 2 ਕਿਲੋ ਦੀ ਪੈਕਿੰਗ ਇਹਨਾਂ ਦੀ ਅੱਛਾ $12 ਨੂੰ ਮਤਲਬ 2 ਕਿਲੋ ਪੈਕਿੰਗ ਆ 2 ਕਿਲੋ ਲਿਖਿਆ ਉਹਨੂੰ ਕਈਆਂ ਦੀ 1 ਕਿਲੋ ਦੀ ਪੈਕਿੰਗ ਜੀ ਆ ਕਈਆਂ ਦੀ 2 ਕਿਲੋ ਆ ਆਹ ਸਾਰੀਆਂ ਦਾਲਾਂ ਹੀ ਆ $6 ਇੱਧਰ ਦਾਲਾਂ ਹੀ ਲੱਗੀਆਂ ਸਾਰੀਆਂ ਇੱਧਰ ਰਾਜਮਾਂਹ ਆ ਗਿਆ ਇੱਧਰ ਰੇਟ ਰੂਟ ਕਿੰਨੇ ਦੇ ਲਿਖੇ ਹੋ ਤਾਂ ਕਿੰਨੇ ਦੇ ਲਿਖੇ ਹੋ ਨਹੀਂ ਹੈਗੇ ਨਹੀਂ ਮੱਕੀ ਦੇ ਦਾਣੇ ਇਹ ਆਸਟ੍ਰੇਲੀਅਨ ਡਾਲਰ ਆ ਇਹ ਚਾਵਲ ਆ ਗਏ ਇੱਧਰ $32.31 ਹਲਦੀ ਮਸਾਲੇ ਲਾਲ ਮਿਰਚ $24
ਜਿਹੜੇ ਕਨੂੰਨਾਂ ਆਉਂਦੇ ਆ ਅਤੇ ਬਾਹਲਾ ਫਰਕ ਨਹੀਂ ਲੱਗਦਾ, ਮੈਨੂੰ ਠੀਕ ਹੀ ਲੱਗਦਾ ਆ। ਦੇਖਿਆ ਕੋਈ ਇਹਦੇ ਵਿੱਚ ਮਹਿੰਗਾ ਸਸਤਾ ਆ, ਕਈਆਂ ਚੀਜ਼ਾਂ ਦਾ ਫਰਕ ਹੈਗਾ ਪਰ ਕਈਆਂ ਦਾ ਨਹੀਂ ਹੈਗਾ। ਆਹ ਝਾੜੂ ਪੈ ਜੀ ਇੱਥੇ, ਅਚਾਰ ਪਿੱਕਲ ਪੰਜ ਡਾਲਰ ਦੀ। ਤੁਸੀਂ ਆਪ ਆਹ ਬੋਤਲ ਜਿਹੜੀ ਮਿਲਦੀ ਹੈ ਕਿੰਨੇ ਬੋਤਲ ਆ? ਇਹ 6 ਡਾਲਰ ਦੀ ਬੋਤਲ ਆ ਇਹ, ਤੇ ਫਰੈਸ਼ ਜੂਸ ਜਿੱਦਾਂ ਸਮਸਮੀਆਂ ਉੱਪਰ ਪਈਆਂ ਨਾ ਇਹ, ਤੇ ਕੀ ਆ ਪੈਸੇ ਪਾਉਣੇ ਮੇਰੇ ਵਿੱਚ? ਨਾ ਨਾ ਕੁਛ ਨਹੀਂ, ਪੈਸੇ ਉੱਤੇ ਪੇ ਕਰਨੇ ਆਪਾਂ। ਅੱਛਾ ਦੇ ਲਓ, ਇੱਧਰ ਬਟਨ ਦੱਬਦਾ ਆ, ਉਦੋਂ ਆਪੇ ਹੀ ਪਾਉਣਾ ਵੀ, ਆਪੇ ਡਿੱਗੀ ਉੱਥੇ ਜਾ ਕੇ। ਇਹ ਫਰੈਸ਼ ਕੋਈ ਆਰਟੀਫਿਸ਼ ਨਹੀਂ, ਕੋਈ ਕੁਛ ਨਹੀਂ, ਅਤੇ ਆਪੇ ਉਹ ਮਸਮੀਆਂ ਜਿਹੜੀਆਂ ਉੱਪਰ ਆਪੇ ਸ਼ੈਲ ਹੋ ਜਾਣੀਆਂ ਇਹ। ਆਹ ਦੇਖੋ ਬੱਚੇ ਮੈਂ ਲੱਗਾ ਇਹਦੇ ਵਿੱਚ ਸ਼ੈਲ, ਅੱਧੀ ਅੱਧੀ ਕਰ ਦਿੰਦਾ ਉਹ, ਅੱਧੀ ਅੱਧੀ ਕਰਕੇ ਉਹ। ਅੱਛਾ ਹਾਂ, ਉਹ ਦੇਖੋ ਬਲੇਡ 6 ਡਾਲਰ ਦਾ ਨਾ। ਹੋਰ ਬਟਨ ਦੱਬਣਾ ਬੋਤਲ ਚੱਕਣੀ ਇੱਥੋਂ, ਆਹ ਬੋਤਲਾਂ ਪਈਆਂ ਇੱਧਰ, ਆਹ ਕੱਢ ਕੇ ਰੱਖਿਆ ਨਾ ਜੀ, ਕੱਢ ਕੇ ਰੱਖਿਆ ਨਾ ਜੀ, ਹੈ ਨਾ ਜੇ ਕਿਸੇ ਕਾਹਲੀ ਹੈ ਉੱਥੇ ਚੱਕ ਲਿਆ, ਉਹ 4 ਡਾਲਰ ਦੀ ਉੱਪਰ। ਆਹ ਵੀ ਪਹਿਲੀ ਵਾਰ ਦੇਖਿਆ ਵੀ ਯਾਰ, ਆਹ ਤਾਂ 6 ਡਾਲਰ ਨੇ, ਆਹ 20 ਡਾਲਰ ਦਾ, ਆਹ ਬੈਗ 6 ਡਾਲਰ ਦਾ। ਮਹਿੰਗਾ ਬਈ ਇੱਥੇ ਕੰਮ, ਡਾਲਰ ਕੇ ਜੀ ਹੈ, ਪਤਾ ਨਹੀਂ ਕਿਉਂ ਮਹਿੰਗਾ ਆ। ਆਇਆ ਬਈ, ਆਇਆ ਮੈਂ ਝੂਠੇ, ਇਹ ਮੁੰਡਾ ਮੈਂ ਝੂਠੇ ਮਾਟੇ ਕਰਨ ਕਹਾ ਜਾ। ਅਸੀਂ ਹੁਣ ਆਉਣ ਲੱਗੇ ਤੱਕ ਇੱਦਾਂ, ਇਹ ਸਾਡਾ ਸੈੱਟ ਆਇਆ, ਸਾਡਾ ਸੈੱਟ ਆਇਆ, ਸੈੱਟ ਆਇਆ, ਸਭ ਨੀਂਦ ਆਉਂਦੀ ਸਾਨੂੰ, ਇਹ ਸੋਹਣਾ ਹੈ। ਅਤੇ ਅਸੀਂ ਆਉਣਾ ਕਿੱਥੇ ਦੱਸ ਕੇ ਆਏ, ਫੇਰ ਵੀ ਅਸੀਂ ਉਹ ਉੱਪਰ ਆਇਆ ਜੀ, ਜੀ ਬੋਲ ਮੈਂ ਲਾਗੇ ਆ ਫਿਰ ਲਾਗੇ, ਮਹਿਲ ਚੱਲੇ ਆ, ਉੱਪਰ ਹੀ ਤਾਂ ਬੱਦਲਾਂ ਬਣੇ ਹੁੰਦੇ ਆ, ਉੱਪਰ ਤੇ ਹੁੰਦੇ ਆ, ਉੱਥੇ ਚੱਲੇ ਹੁਣ ਯਾਰ, ਸੈਂਟੇ ਸਾਨੂੰ ਮਿਲਣਾ ਤਾਂ 12 ਵਜੇ ਟਾਈਮ ਘਰ ਨੂੰ, ਅਤੇ 12 ਵਜੇ ਮਿਲਣਾ ਉੱਥੇ ਜਾ ਕੇ, ਟੋਫੀਆਂ ਵੰਡਣੀਆਂ ਸੀ ਫੇਰ, ਹੈ ਨਾ ਅਸਮਾਨ ਲੈ ਲਿਆ ਸੀ, ਕ੍ਰਿਸਮਸ ਲਾ ਕੇ ਆ ਰਹੀ ਆ, ਅਤੇ ਹੈ ਨਾ, ਅਤੇ ਅਸੀਂ ਇੱਥੋਂ ਅਸੀਂ ਨਿਊ ਜਾ ਕੇ ਨਾ ਰੋਡ ਰੋਡ ਰਾਹੀਂ ਉੱਥੇ ਇੱਥੇ ਨਾਲ ਜਾ ਕੇ, ਠੀਕ ਹੈ ਜੀ, ਅਤੇ ਵਧੀਆ ਬਣਾਇਆ, ਵਧੀਆ ਭਾਂਡੇ ਟਿੰਡੇ ਸ਼ਾਲਿਆਂ ਦੇ ਸ਼ੋਪ 'ਤੇ ਆ ਗਏ, ਬੜਾ ਮਹਿੰਗਾ ਵੀ ਇੱਥੇ ਕੰਮ ਚੱਕਿਆ ਵਾ ਇੱਥੇ, ਹੈ ਜਿੱਦਾਂ ਬਰੈਸਕੋ ਉਹ ਹਿਸਾਬ ਨਾਲ ਬਣਾਇਆ ਇਹ। ਆਹ 100 ਡਾਲਰ ਦਾ ਦੇਖ ਲਓ ਵੀ, ਆਹ ਕੁੱਕਰ ਜਿਹਾ, ਆਹ
ਬੜਾ ਮਹਿੰਗਾ ਵੇਖ ਚਾਹ ਦਾ ਪੌੜ ਜੇ $100 ਦਾ ਦੱਸ ਚਾਹ ਉਦੇ ਸਵਾਦ ਲੱਗਣੀ ਬੱਚੇ ਦੀ ਜਦੋਂ ਬਣਾਉਣੀ ਹੈ $100 ਦੇਖ ਕੇ ਕੌਫੀ ਆ ਗਿਆ ਪੈਟ ਫੂਡ ਕੇ ਦਲੀਆਂ ਚਾਹ ਦੀਆਂ 109 ਚੱਕੋ $200 ਬੂਟਾ ਬੂਟ ਤਾਂ ਲੱਗਦੀ ਲੱਗੀ ਲੱਗਦੀ ਜੈਮ ਦੇ ਪ੍ਰੋਡਕਟ ਵੀ ਰੱਖੇ ਹੋਏ ਸੀ ਫੋਰ ਵੀ ਗਏ ਇੱਥੇ ਛੋਟੀ ਫੋਨ ਫਰੀ ਵਾਰ ਤੋਂ ਰੱਖਿਆ ਪ੍ਰੋਟੀਨ ਵੀ ਰੱਖਿਆ ਰੇਟ ਰੂਟ ਅਗੇ ਲਿਖਿਆ $4 ਵੀ ਪ੍ਰੋਟੀਨ ਆ ਗਿਆ $50 ਹੁਣ ਤੁਹਾਨੂੰ ਦਿਖਾ ਦੇ ਆਪਣੇ ਪੰਜਾਬੀ ਭਰਾਵਾਂ ਦੀ ਦੁਕਾਨ ਨੰਗਲ ਗਜਾਂਕ ਹੋਣੀ ਖੜੇ ਸੀਗੇ ਇੱਥੇ ਇਹਨਾਂ ਸ਼ੋਪ ਇਹਨਾਂ ਦੀ ਆਪਣੀ ਇਹ ਅਤੇ ਇਹਦੀਆਂ ਨੇ ਕੱਪੜਾ ਰੱਖਿਆ ਪੂਰਾ ਐਨ ਫਰਾਕਾਂ ਫਰੂਕਾਂ $35 ਦੀ ਅਤੇ ਬੱਚਿਆਂ ਦੇ ਕੱਪੜੇ ਰੱਖੇ ਹੋਏ ਆ ਅਤੇ ਸੂਟ ਸਾਟ ਰੱਖੇ ਹੋਏ ਆ ਲਹਿੰਗੇ ਲੂੰਗੇ ਰੱਖੇ ਹੋਏ ਆ ਗਰਮੀਆਂ ਕੱਪੜੇ ਲਾ ਦੇ ਇੱਧਰ ਜੁੱਤੀਆਂ ਪੰਜਾਬੀ ਜੁੱਤੀਆਂ ਵੀ ਰੱਖੀਆਂ ਆ ਮੌਜੇ ਵੀ ਹੈਗੇ ਆ ਪਰਾਂਦੀਆਂ ਵੀ ਰੱਖੀਆਂ ਇੱਧਰ ਮੰਗਾਂ ਚੂੜੀਆਂ ਵੀ ਰੱਖੀ ਹੋਰ ਕੱਪੜੇ ਨਾਲ ਪਾਉਣੇ ਲਹਿੰਗੇ ਲੂੰਗੇ ਰੱਖੇ ਸਭ ਕੁਛ ਇਹਦੇ ਜੇਲ ਜੀ ਉਹ ਵੀ ਰੱਖੀ ਹੋਈ ਹੈ ਛੋਟਾ ਨਾ ਪਾਉਣ ਪਾਉਣ ਇਹ ਵੀ ਸ਼ੋਪ ਜਿਹੜੀ ਹੈ ਇਹ ਸੁਪਰ ਮਾਰਕੀਟ ਖੋਲ੍ਹਦਾ ਵਾਲੀ ਆ ਉਹਦੇ ਵਿੱਚ ਹੀ ਹੈ ਇਹ ਨਿਊਜ਼ੀਲੈਂਡ ਦੇ ਕੇ ਮਾਰਟ ਵਿੱਚ ਵੇਚਣੇ ਪਏ ਆ ਮੈਂ ਬੱਚੇ ਫੋਟੋ ਪਾਈ ਸੀਗੀ ਅਤੇ ਇੱਥੇ ਵੀ ਰੱਖੇ ਹੋਏ ਨਹੀਂ ਆਦੇ ਲਓ ਅਤੇ ਕੇ ਮਾਰਟ ਦਾ ਸਾਰਾ ਸੇਮ ਹੀ ਪਿਆ ਨਿਊਜ਼ੀਲੈਂਡ ਦੇ ਸੀਡੇ ਵਿੱਚ ਸਮਾਨ ਸਾਰਾ ਸੇਮ ਹੀ ਆਉਂਦਾ ਇੱਥੇ ਵੀ ਲੈ ਮਿਲ ਗਿਆ ਹਾਂ ਹੈਂਗਰ ਲੈਣ ਗਿਆ ਸੀ ਵੀ ਬੰਦਾ ਹੈਂਗਰ ਦੇ ਕਿੰਨੇ ਚੱਕ ਲਿਆ ਕਿੰਨੇ ਦੇ ਆ ਇਹ ਦੱਸਿਆ ਰੇਟ ਉੱਡ ਕੇ ਨਹੀਂ
ਮੈਂ ਉੱਥੇ ਤੌਲੀਆ ਲਿਆ ਮੈਂ ਕਿਹਾ ਸੱਤ ਸੱਤ ਦਸਾਂ ਦਾ ਉਹ ਜਦ ਰੇਟ ਲੱਗੀ ਲਾਉਣ ਉਹ ਕਹਿੰਦੀ ਚੌਂਤੀਆਂ ਦਾ ਅੱਛਾ ਮੈਂ ਕਿਹਾ ਉਹਦੇ ਵਿੱਚ ਨਹੀਂ ਹੈਗਾ ਇਹ ਉਹ ਕਹਿੰਦੀ ਇਹ ਬਲੈਕ ਫਰਾਈਡੇ ਚੱਲਦੇ ਨਾ ਵੈਸੇ ਹੈਂ ਬਲੈਕ ਫਰਾਈਡੇ ਚੱਲਦੇ ਨੇ ਜੀ ਬੈਲੋ ਦਾ ਅੱਛਾ ਜਿਹੜਾ ਪਹੋ ਲਿਆ ਸੀਗਾ ਦੱਸ ਦੇ ਮੈਨੂੰ ਇਹਨਾਂ ਦੱਸੀ ਹੁਣ ਅੱਛਾ ਉਹ ਲਿਖਿਆ ਆਹੋ 34 ਦਾ ਲਿਖਿਆ ਹੈ ਜੀ ਆਹੋ ਅੱਛਾ ਠੀਕ ਹੈ ਠੀਕ ਹੈ ਇੱਧਰ ਗਰਮੈਂਟ ਜੈਂਟਸ ਦਾ ਆ ਗਿਆ ਸਾਰਾ ਸਪੋਰਟ ਸਮਾਨ ਆ ਗਿਆ ਇੱਧਰ ਟਾਈਮ ਥੋੜ੍ਹਾ ਸਾਰਾ ਬਣਾਉਣਾ ਸੀ ਨਹੀਂ ਤਾਂ ਮੈਂ ਬੱਚੇ ਜਾ ਕੇ ਚੱਕਣੇ ਮੁੰਡੇ ਨੇ ਇੱਦਾਂ ਘੁਮਾਉਣਾ ਆਪਾਂ ਹੁਣ ਆਸ਼ੀਰਵਾਦ ਆ ਮਿੰਟਾ ਵਿੱਚ ਕਿਵੇਂ ਹੀ ਸਭ ਚਲੋ ਬਈ ਜਾਣਾ ਟਾਈਮ ਹੋ ਗਿਆ ਚੱਕਣ ਦਾ ਹੈ ਚਲੋ ਠੀਕ ਹੈ ਜੀ ਹੁਣ ਦੇਖਦੇ ਹਾਂ ਗਾਹਾਂ ਜਾ ਕੇ ਮਿਲਦੇ ਹਾਂ ਤੁਹਾਨੂੰ ਸਪੋਰਟ ਸ਼ਾਪ ਹੈ ਆਹ ਸ਼ੂ ਪਏ ਇੱਧਰ ਇਹ ਜਿਹੜੇ ਬੈਂਕ ਆ ਗਏ ਇੱਧਰ ਵੈਦਰ ਬਹੁਤ ਵਧੀਆ ਅੱਜ ਚਲੋ ਬਈ ਚਲੋ ਪਰਚੀ ਚਾਹੀਦੀ ਆ ਦੱਸਿਆ ਇੱਧਰ ਕਮਲ ਉਹਨੇ ਘਰ ਦੇ ਗੇਟ ਕੋਲ ਖੜ ਜਾਣਾ ਆ ਕੇ ਅੱਛਾ ਤੇ ਤੁਰਿਆ ਨਾ ਇਹ ਕਿਹੜਾ ਬਹੁਤ ਦੂਰ ਹੈ ਆਪਣਾ ਘਰ ਲਾਗੇ ਹੀ ਆ ਉਹਨੇ ਵੈਸੇ ਤੁਰ ਕੇ ਵੀ ਆ ਸਕਦੇ ਆ ਵੀ ਸਕਦੇ ਆ ਉਹਨਾਂ ਨੂੰ ਪਤਾ ਹੁੰਦਾ ਮੈਨੂੰ ਕਿਹਾ ਹੋਵੇ ਤੇ ਪਰ ਜੇ ਕਿਹਾ ਹੁਣ ਫੇਰ ਟਾਈਮ ਆ ਸਟੇਸ਼ਨ ਤੇ ਜਾਣਾ ਹੀ ਜਾਣਾ ਚਾਹੇ ਕੋਈ ਚੜ੍ਹੇ ਵਿੱਚ ਚਾਹੇ ਨਾ ਚੜ੍ਹੇ ਆਪਾਂ ਨਹੀਂ ਬੇਰਸ ਕਹਿੰਦਾ ਇੱਧਰ ਸੈਵਨ ਇਲੈਵਨ ਬੜਾ ਮਸ਼ਹੂਰ ਇੱਥੇ ਕਹਿੰਦੇ ਹੈ ਨਾ ਆਪਣੇ ਬਾਗਰ ਗੰਗਾ ਅਤੇ ਹੰਗਰੀ ਜਿਕਸ ਆ ਨਵਾਂ ਸਿਗਨਲ ਕਿਹੜਾ ਨਵਾਂ ਆਇਆ
ਬਣਾਈ ਜਾਂਦੇ ਆ ਇਹ ਉਹ ਲਾਈਟਾਂ ਵੀ ਰੱਖੀਆਂ ਲਾਈਟਾਂ ਉੱਪਰ ਹੈ ਵੀ ਉਹ ਲੱਗੀਆਂ ਰੱਖੀਆਂ ਨੀ ਉਹ ਲਾਈਟਾਂ ਰਾਤ ਨੂੰ ਜਦੋਂ ਕੰਮ ਕਰਦੇ ਆ ਹਾਂ ਉਹ ਲਾਈਟਾਂ ਉਹ ਦੋਵੇਂ ਨਹੀਂ ਜਾਗਦੀਆਂ ਲਾਈਟਾਂ ਹੈ ਦੂਜੀ ਲਾਈਟਾਂ ਜਾਗਦੀਆਂ ਨਹੀਂ ਹੈ ਨਹੀਂ ਪਤਾ ਨਾ ਦਿੱਤੀ ਹੋਈ ਸਪਲਾਈ ਹੈ ਜੀ ਅੱਛਾ ਉਹ ਬੈਠੇ ਬਣ ਰਹੀ ਹੈ ਜੀ ਘਰ ਬੜੇ ਬੜੇ ਘਰ ਇੱਥੇ ਨਾ ਕਾਫੀ ਵੱਡੇ ਘਰ ਸਕੂਲ ਆ ਗਿਆ ਸੋਨੀਆ ਕਿਸ਼ਤਾਂ ਦੇਣੀਆਂ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਕਿਸ਼ਤਾਂ ਦੇਣੀਆਂ ਸਾਰੀ ਜ਼ਿੰਦਗੀ ਕਿਸ਼ਤਾਂ ਦੇਣੀਆਂ ਦੇਸ਼ ਦੇ ਵਿੱਚ ਤਾਂ ਕਰਜ਼ਾਈ ਬੰਦਾ ਤਾਂ ਹੀ ਕੰਮ ਕਰੂਗਾ ਬੰਦਾ ਆ ਸਕੂਲ ਹੈ ਆ ਸਕੂਲ ਹੈ ਹਾਂ ਸੋਨੀਆ ਉਹਦਾ ਜੇਸ਼ ਅੱਛਾ ਇਹਨਾਂ ਹੀ ਡਿਫਰੈਂਟ ਹੈ ਥੋੜੀ ਜਿਹੀ ਯੂਨੀਫਾਰਮ ਤੇ ਦੂਏ ਤਾਂ ਸ਼ਾਮ ਨੂੰ ਚੱਕਣਾ ਅਕਸ਼ੇ ਨੂੰ ਨਾ ਅਕਸ਼ੇ ਦਾ ਕੋਈ ਹੋਣਾ ਟਾਈਮ ਪਿਆ ਜਦੋਂ ਵੀ ਟਾਈਮ ਹੋ ਜਾ ਨਹੀਂ ਉਹਨੂੰ ਜਦੋਂ ਮਰਜ਼ੀ ਚੱਕ ਲਓ ਅੱਛਾ ਅੱਛਾ ਆ ਸਕੂਲ ਹੈ ਵੀ ਨਿਆਣੇ ਸਾਰੇ ਪਾਸੇ ਸਕੂਲੇ ਘੁੰਮਦੇ ਸੀ ਰੋਡ ਦੇ ਅੱਛਾ ਚੱਲ ਗਿਆ ਉਹ ਕੀ ਉਹਦਾ ਨੂੰ ਨਿਆਣੇ ਹੈ ਨਹੀਂ ਹੈ ਨਾ ਦੱਸਿਆ ਤਾਂ ਪਤਾ ਉਹਨਾਂ ਨੂੰ ਪਤਾ ਤਾਂ ਹੈਗਾ ਉਹਨਾਂ ਨੂੰ ਦੇਖ ਲੈਂਦੇ ਹਾਂ ਜ਼ਿਆਦਾ ਤਾਂ ਲੇਟ ਹੋਏ ਨੀ ਉੱਦਾਂ ਉਹਨੇ ਗੇਟ ਦਰਵਾਜ਼ਾ ਲਾ ਤਾ ਨਾ ਸਰ ਰੋਡ ਕਿਹੜਾ ਆ ਕਿੱਧਰ ਨਹੀਂ ਜਾਣਾ ਆਉਂਦਾ ਦੇਖਾਗਾ ਤਾਂ ਨੇੜੇ ਹੀ ਆ ਚੌਦਾ ਗਏ ਹੋਣੇ ਉਹ ਆਪਾਂ ਮਾਇਆ ਤੁਹਾਡਾ ਟਾਈਮ ਖਰਾਬ ਕਰ ਲਾ ਬਸ ਕੋਈ ਨਹੀਂ ਸਾਡਾ ਟਾਈਮ ਵਿਹਲੇ ਅਸੀਂ ਦੇਖੀ ਜਾ ਤੂੰ ਜਾਣੇ ਤੇਰੇ ਲੱਭਦੇ ਲੱਭਦੇ ਬੰਦੇ ਫੜੇ ਲੈਦੇ ਦੋ ਜਣੇ ਉਹੀ ਆ ਤੋ ਉਹੀ ਆ ਨਾ ਦੇਖ ਲਿਆ ਦੇਖ ਲਿਆ ਬੱਚਿਆਂ ਨੇ ਡਿੱਗੀ ਚ ਬੈਠੋ ਡਿੱਗੀ ਹਾਂਜੀ ਚਲੋ ਚਲੋ ਹੈਲੋ ਬੋਲੋ ਤੁਸੀਂ ਵੇਟ ਤੁਸੀਂ ਤੈਨੂੰ ਪਤਾ ਸੀਗਾ ਬਈ ਲੇਟ ਹੋ ਗਿਆ ਹੈਨਾ ਅੱਛਾ ਅੱਛਾ ਦੇਖ ਲਾ ਵੀ ਹੈ ਚਲੋ ਜੀ ਠੀਕ ਹੁਣ ਅਸੀਂ ਤੁਰ ਕੇ ਹੀ ਨਿਆਣੇ ਲੈ ਛੱਡਿਆ ਤੂੰ ਨਾ ਬਾਹਰ ਤਾਂ ਬਣਾ ਜੋ ਬਾਹਰ ਆ ਗਿਆ ਚਲੋ ਠੀਕ ਦੇਖਣਾ ਆਪਣਾ ਅਕਸ਼ੇ ਕਮਲ ਦਾ ਮੁੰਡਾ ਇਹਨੂੰ ਆਪਾਂ ਚੱਕਿਆ ਹੁਣ ਡੇ ਕੇਅਰ ਤੋਂ ਕਦਾਂ ਕਦਾਂ ਰੇ ਸੁੱਤਾ ਸੁੱਤਾ ਪਿਆ ਸੀਗਾ ਇਹ ਫੋਨ ਨਾ ਫੋਨ ਨਹੀਂ ਤੇ ਕਰਦਾ ਹੈ ਫੋਨ ਨਹੀਂ ਚੇਰੇ ਫੋਨ ਲੈਣਾ ਕੀ ਕਰਦਾ ਅੱਜ ਫੋਨ ਨਹੀਂ ਕੀ ਕਰਦਾ ਅੱਜ
ਕੀ ਕਰਦਾ ਸੀ ਹੈ ਕੀ ਕਰਦਾ ਉਹਦੇ ਨਾਲ ਚੱਲ ਬੈਠ ਚੱਲ ਬਿਠਾ ਲੈ ਇਹਨੂੰ ਚੱਲ ਬਹਿ ਜਾ ਕਿੱਦਾਂ ਲੱਗਾ ਵਧੀਆ ਲੱਗਾ ਠੀਕ ਹੈ ਤੇਰਾ ਪਿੰਡ ਕਿਹੜਾ ਹੈ ਤੇਰਾ ਪਿੰਡ ਕਿਹੜਾ ਤੇਰਾ ਚੋਕਰਾ ਠੀਕ ਹੈ ਠੀਕ ਹੈ ਸਕੂਲ ਦੇ ਕੀ ਕਰਨਾ ਫਿਰ पढ़ना कदों पता नहीं अच्छा ठीक है ठीक है तेरा नाम की है बोल मैंने वो कदा होगा ही तेरी पढ़ाई कदी चल तेरी है स्कूल की किता अच्छी गंडी की किता गंडी की किता जे है बस अक्षय बोल ये गाना है सॉन्ग है कितना सॉन्ग है चल पकड़ा 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 अक्षय पकड़ा डांस चल तू भी कर चल तू भी कर ओ तेरी चल कदर रख करना क्या कहता मुझे देख करना है अच्छा कहता